ਭਾਵੁਕ ਕਰਦੀਆਂ ਉਹ ਤਸਵੀਰਾਂ ਨੇ ਜਿੱਥੇ ਸ਼ਹੀਦ ਫੌਜੀ ਦਾ ਅੰਤਮ ਸੰਸਕਾਰ ਕੀਤਾ ਗਿਆ। ਫੌਜੀ ਦਸਤੇ ਦੇ ਵੱਲੋਂ ਜਿੱਥੇ ਸ਼ਹੀਦ ਨੂੰ ਸਲਾਮੀ ਦਿੱਤੀ ਗਈ, ਤਾਂ ਉੱਥੇ ਹੀ ਪਰਿਵਾਰ ਨੇ ਵੀ ਆਪਣੇ ਸ਼ਹੀਦ ਪੁੱਤ ਨੂੰ ਨਮ ਅੱਖਾਂ ਦੇ ਨਾਲ ਅੰਤਮ ਵਿਦਾਈ ਦਿੱਤੀ ਹੈ। ਤਸਵੀਰਾਂ ਨੇ ਸ਼ਹੀਦ ਕੁਲਦੀਪ ਸਿੰਘ ਦੇ ਅੰਤਮ ਸੰਸਕਾਰ ਦੀਆਂ, ਜਿਨ੍ਹਾਂ ਦਾ ਅੰਤਮ ਸੰਸਕਾਰ ਤਰਨ ਤਾਰਨ ਦੇ ਜੱਦੀ ਪਿੰਡ ਬੁਰਜ ਵਿੱਚ ਕੀਤਾ ਗਿਆ ਹੈ। ਜੰਮੂ ਕਸ਼ਮੀਰ ਦੇ ਵਿੱਚ ਡਿਊਟੀ ਦੌਰਾਨ ਗੋਲੀ ਲੱਗਣ ਤੋਂ ਬਾਅਦ ਕੁਲਦੀਪ ਸਿੰਘ ਸ਼ਹੀਦ ਹੋਏ, ਜਿਨ੍ਹਾਂ ਦੀ ਮ੍ਰਿਤਕ ਦੇ ਘਰ ਪਹੁੰਚੀ ਤੇ ਹੁਣ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਹੈ। ਫੌਜੀ ਟਰੱਕ ਦੇ ਵਿੱਚ ਸ਼ਹੀਦ ਦੀ ਅੰਤਮ ਯਾਤਰਾ ਪੂਰੇ ਪਿੰਡ ਵਿੱਚ ਕੱਢੀ ਗਈ ਅਤੇ ਸ਼ਹੀਦ ਦੇ ਅਮਰ ਹੋਣ ਦੇ ਨਾਰੇ ਵੀ ਲਾਏ ਗਏ। ਇਸ ਵਿਚਾਲੇ ਪਰਿਵਾਰ ਦੇ ਹੰਝੂ ਬਿਲਕੁਲ ਨਹੀਂ ਰੁਕੇ। ਅੰਤਮ ਸੰਸਕਾਰ ਤੇ ਵੀ ਮਾਂ ਦਾ ਤਾਂ ਰੋ ਰੋ ਬੁਰਾ ਹਾਲ ਸੀ, ਉਧਰ ਪਤਨੀ ਦੇ ਵੀ ਹੰਝੂ ਰੁਕ ਨਹੀਂ ਰਹੇ ਸੀ। ਮਾਸੂਮ ਬੱਚੇ ਦੇ ਵੱਲੋਂ ਵੀ ਸ਼ਹੀਦ ਨੂੰ ਨਿੱਕੇ ਨਿੱਕੇ ਹੱਥਾਂ ਨਾਲ ਸਲੂਟ ਮਾਰ ਕੇ ਸ਼ਰਧਾਂਜਲੀ ਦਿੱਤੀ ਗਈ। ਉਧਰ ਹੀ ਜਿਸ ਤਿਰੰਗੇ ਦੇ ਵਿੱਚ ਲਿਪਟੀ ਹੋਈ ਇਮ੍ਰਿਤਕ ਦੇ ਘਰ ਪਹੁੰਚੀ ਸੀ, ਤਾਂ ਉਹ ਤਿਰੰਗਾ ਵੀ ਪਰਿਵਾਰ ਨੂੰ ਸੌਂਪਿਆ ਗਿਆ ਹੈ। ਪਰਿਵਾਰ ਤੋਂ ਇਹ ਦੁੱਖ ਸਹਾਰ ਨਹੀਂ ਹੋ ਰਿਹਾ। ਕੁਲਦੀਪ ਸਿੰਘ ਦੀ ਪਤਨੀ ਤੇ ਬੱਚੇ ਉਹਨਾਂ ਦੇ ਨਾਲ ਜੰਮੂ 'ਚ ਹੀ ਰਹਿ ਰਹੇ ਸਨ, ਪਰ ਜਦੋਂ ਉਹ ਸ਼ਹੀਦ ਹੋਏ ਤਾਂ ਸਾਰਾ ਪਰਿਵਾਰ ਹੀ ਇੱਥੇ ਜੱਦੀ ਪਿੰਡ ਦੇ ਵਿੱਚ ਆ ਗਿਆ। ਪਤਨੀ ਤੋਂ ਵੀ ਇਹ ਦੁੱਖ ਸਹਾਰ ਨਹੀਂ ਹੋ ਰਿਹਾ ਤੇ ਮਾਪਿਆਂ ਦਾ ਵੀ ਬੁਰਾ ਹਾਲ ਹੋ ਗਿਆ। ਪੂਰੇ ਪਰਿਵਾਰ ਦੇ ਵਿੱਚ ਤੇ ਪੂਰੇ ਪਿੰਡ ਦੇ ਵਿੱਚ ਮਾਤਮ ਪਸਰਿਆ ਹੋਇਆ ਤੇ ਬੇਹੱਦ ਗਮਗੀਨ ਮਾਹੌਲ 'ਚ ਨਮ ਅੱਖਾਂ ਦੇ ਨਾਲ ਫੌਜੀ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ। ਭਾਵੁਕ ਕਰਦੀਆਂ ਉਹ ਤਸਵੀਰਾਂ ਨੇ ਜਿੱਥੇ ਸ਼ਹੀਦ ਫੌਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਹੈ। ਫੌਜੀ ਦਸਤੇ ਦੇ ਵੱਲੋਂ ਜਿੱਥੇ ਸ਼ਹੀਦ ਨੂੰ ਸਲਾਮੀ ਦਿੱਤੀ ਗਈ, ਤਾਂ ਉੱਥੇ ਹੀ ਪਰਿਵਾਰ ਨੇ ਵੀ ਆਪਣੇ ਸ਼ਹੀਦ ਪੁੱਤ ਨੂੰ ਨਮ ਅੱਖਾਂ ਦੇ ਨਾਲ ਅੰਤਮ ਵਿਦਾਈ ਦਿੱਤੀ ਹੈ। ਤਸਵੀਰਾਂ ਨੇ ਸ਼ਹੀਦ ਕੁਲਦੀਪ ਸਿੰਘ ਦੇ ਅੰਤਮ ਸੰਸਕਾਰ ਦੀਆਂ, ਜਿਨ੍ਹਾਂ ਦਾ ਅੰਤਮ ਸੰਸਕਾਰ ਤਰਨ ਤਾਰਨ ਦੇ ਜੱਦੀ ਪਿੰਡ ਬੁਰਜ ਵਿੱਚ ਕੀਤਾ ਗਿਆ ਹੈ। ਜੰਮੂ ਕਸ਼ਮੀਰ ਦੇ ਵਿੱਚ ਡਿਊਟੀ ਦੌਰਾਨ ਗੋਲੀ ਲੱਗਣ ਤੋਂ ਬਾਅਦ ਕੁਲਦੀਪ ਸਿੰਘ ਸ਼ਹੀਦ ਹੋਏ, ਜਿਨ੍ਹਾਂ ਦੀ ਮ੍ਰਿਤਕ ਦੇ ਘਰ ਪਹੁੰਚੀ ਤੇ ਹੁਣ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਹੈ। ਫੌਜੀ ਟਰੱਕ ਦੇ ਵਿੱਚ ਸ਼ਹੀਦ ਦੀ ਅੰਤਮ ਯਾਤਰਾ ਪੂਰੇ ਪਿੰਡ ਵਿੱਚ ਕੱਢੀ ਗਈ ਅਤੇ ਸ਼ਹੀਦ ਦੇ ਅਮਰ ਹੋਣ ਦੇ ਨਾਰੇ ਵੀ ਲਾਏ ਗਏ। ਇਸ ਵਿਚਾਲੇ ਪਰਿਵਾਰ ਦੇ ਹੰਝੂ ਬਿਲਕੁਲ ਨਹੀਂ ਰੁਕੇ। ਅੰਤਮ ਸੰਸਕਾਰ ਤੇ ਵੀ ਮਾਂ ਦਾ ਤਾਂ ਰੋ ਰੋ ਬੁਰਾ ਹਾਲ ਸੀ, ਉਧਰ ਪਤਨੀ ਦੇ ਵੀ ਹੰਝੂ ਰੁਕ ਨਹੀਂ ਰਹੇ ਸੀ। ਮਾਸੂਮ ਬੱਚੇ ਦੇ ਵੱਲੋਂ ਵੀ ਸ਼ਹੀਦ ਨੂੰ ਨਿੱਕੇ ਨਿੱਕੇ ਹੱਥਾਂ ਨਾਲ ਸਲੂਟ ਮਾਰ ਕੇ ਸ਼ਰਧਾਂਜਲੀ ਦਿੱਤੀ ਗਈ। ਉਧਰ ਹੀ ਜਿਸ ਤਿਰੰਗੇ ਦੇ ਵਿੱਚ ਲਿਪਟੀ ਹੋਈ ਇਮ੍ਰਿਤਕ ਦੇ ਘਰ ਪਹੁੰਚੀ ਸੀ, ਤਾਂ ਉਹ ਤਿਰੰਗਾ ਵੀ ਪਰਿਵਾਰ ਨੂੰ ਸੌਂਪਿਆ ਗਿਆ ਹੈ। ਪਰਿਵਾਰ ਤੋਂ ਇਹ ਦੁੱਖ ਸਹਾਰ ਨਹੀਂ ਹੋ ਰਿਹਾ। ਕੁਲਦੀਪ ਸਿੰਘ ਦੀ ਪਤਨੀ ਤੇ ਬੱਚੇ ਉਹਨਾਂ ਦੇ ਨਾਲ ਜੰਮੂ 'ਚ ਹੀ ਰਹਿ ਰਹੇ ਸਨ, ਪਰ ਜਦੋਂ ਉਹ ਸ਼ਹੀਦ ਹੋਏ ਤਾਂ ਸਾਰਾ ਪਰਿਵਾਰ ਹੀ ਇੱਥੇ ਜੱਦੀ ਪਿੰਡ ਦੇ ਵਿੱਚ ਆ ਗਿਆ। ਪਤਨੀ ਤੋਂ ਵੀ ਇਹ ਦੁੱਖ ਸਹਾਰ ਨਹੀਂ ਹੋ ਰਿਹਾ ਤੇ ਮਾਪਿਆਂ ਦਾ ਵੀ ਬੁਰਾ ਹਾਲ ਹੋ ਗਿਆ।
ਪੂਰੇ ਪਰਿਵਾਰ ਦੇ ਵਿੱਚ ਤੇ ਪੂਰੇ ਪਿੰਡ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ ਤੇ ਬੇਹੱਦ ਗਮਗੀਨ ਮਾਹੌਲ 'ਚ ਨਮ ਅੱਖਾਂ ਦੇ ਨਾਲ ਫੌਜੀ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ।